ਬਹੁਤ ਵਧੀਆ ਲੱਗ ਰਿਹਾ ਜੀ। ਸਭ ਤੋਂ ਵੱਡੀ ਗੱਲ ਤੇ ਹੈ ਕਿ ਮੈਂ ਪ੍ਰਾਊਡ ਕਰਦਾ ਆਪਣੇ ਬ੍ਰਦਰ ਸੱਜਣ ਸਿੰਘ ਦੀ ਟੀਮ ਤੇ, ਜਿਹੜੇ ਕਿ ਖੁਦ ਅਰਜਨਾਵਾੜੀ ਹੈ। ਇਹ ਸਾਰਾ ਕੁਝ ਜੋ ਹੋ ਰਿਹਾ ਉਹ ਇਹਦੀ ਬਦੌਲਤ ਹੋ ਰਿਹਾ, ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬਾਸਕਟਬਾਲ ਹੈ, ਮੈਂ ਪਹਿਲੇ ਗੱਲ ਕਰ ਰਿਹਾ ਸੀ, ਇਹ ਸਾਡੇ ਪਰਿਵਾਰ ਨੂੰ ਬਾਸਕਟਬਾਲ ਨੇ ਬਹੁਤ ਕੁਝ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੱਜਣ ਸਿੰਘ ਨੇ ਇੱਥੇ ਇੱਦਾਂ ਵਧੀਆ ਬੂਟਾ ਲਾਇਆ, ਇੱਥੋਂ ਹੋਰ ਵੀ ਬੱਚੇ ਜਿਹੜੇ ਆ ਬਹੁਤ ਕੁਛ ਬਹੁਤ ਉੱਪਰ ਜਾ ਸਕਦੇ ਆ, ਆਪਣੇ ਪੰਜਾਬ ਦਾ ਨਾਂ, ਹਿੰਦੁਸਤਾਨ ਦਾ ਨਾਂ ਰੋਸ਼ਨ ਕਰ ਸਕਦੇ ਆ, ਔਰ ਪਿੰਡ ਦਬੂਣੀਆਂ ਦਾ ਸਪੈਸ਼ਲ ਨਾਂ ਵੱਡਾ ਕਰ ਸਕਦੇ। ਇਹ ਜਿਹੜਾ ਟੂਰਨਾਮੈਂਟ ਹੋ ਰਿਹਾ, ਇਹਦਾ ਅੱਗੇ ਬੱਚਿਆਂ ਨੂੰ ਕੀ ਫਾਇਦਾ ਮਿਲੂਗਾ? ਫਾਇਦਾ ਤੁਹਾਡੇ ਸਾਹਮਣੇ ਹੈ। ਪਹਿਲਾਂ ਤਾਂ ਇਹ ਹੈ ਜੀ, ਜਿੱਦਾਂ ਅਸੀਂ ਚਾਰ ਇੱਕ ਫੈਮਿਲੀ ਦੇ ਵਿੱਚੋਂ ਕਲਾਸ 1 ਗਜ਼ਟਡ ਅਫਸਰ ਹੈ, ਸਾਡੇ ਬੱਚੇ ਵੀ ਗਾਂ ਜਿਹੜੇ ਆ ਸ਼ਹਿਰਾਂ 'ਚ ਗਏ, ਚੰਗੀਆਂ ਅਸੀਂ ਚੋਬਾਂ 'ਚ ਗਏ, ਪੜ੍ਹ ਗਏ। ਹੁਣ ਇੱਥੋਂ ਜਿਹੜੇ ਬੱਚੇ ਆ, ਇੱਕ ਮੁੰਡਾ ਇਸ ਗਰਾਊਂਡ ਦਾ ਬੱਚਾ, ਉਹ ਆਪਣੇ ਮੈਡੀਕਲ ਦੇ ਵਿੱਚ ਉਹਨੂੰ MBBS 'ਚ ਐਡਮਿਸ਼ਨ ਮਿਲੀ ਹੋਵੇ ਕਲਕੱਤਾ AIIMS ਦੇ ਵਿੱਚ, ਸੋਰੀ। ਅਤੇ ਹੋਰ ਵੀ ਬੱਚੇ ਜਿਹੜੇ ਆ MSc MA ਕਰ ਰਹੇ ਆ ਸਾਡੇ ਪਿੰਡ ਦੇ, ਆਲਮੋਸਟ ਬਹੁਤ ਐਜੂਕੇਸ਼ਨ ਸਾਡੇ ਪਿੰਡ 'ਚ ਆ ਡਿਊ ਟੂ ਇਸ ਗਰਾਊਂਡ ਕਰ। ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਸਰਦਾਰ ਸੱਜਣ ਸਿੰਘ ਟੀਮਾਂ, ਉਹਨਾਂ ਦਾ ਸਮੂਹ ਪਰਿਵਾਰ ਅਤੇ ਸਹਿਯੋਗੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਦਮੋਲੀਆਂ, ਜ਼ਿਲ੍ਹਾ ਕਪੂਰਥਲਾ, ਪੰਜਾਬ ਵਿਖੇ ਜੋ ਆਲ ਇੰਡੀਆ ਸਰਦਾਰ ਬਲਕਾਰ ਸਿੰਘ ਟੀਮਾਂ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ, ਉਦਘਾਟਨ ਹੋ ਚੁੱਕਾ ਹੈ, ਜਿਸ ਵਿੱਚ ਭਾਰਤ ਵਿੱਚੋਂ ਵੱਖ ਵੱਖ ਸਟੇਟਾਂ 'ਚੋਂ ਟੀਮਾਂ ਪਹੁੰਚ ਚੁੱਕੀਆਂ ਹਨ, ਬੱਚੇ ਅਤੇ ਬੱਚੀਆਂ ਦੀਆਂ, ਅਤੇ ਦਰਸ਼ਕ ਵੀ ਪਹੁੰਚ ਚੁੱਕੇ ਹਨ, ਅਤੇ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਬਹੁਤ ਸ਼ਲਾਘਾਯੋਗ ਕਦਮ ਹੈ, ਜੋ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ, ਨਸ਼ਿਆਂ ਤੋਂ ਦੂਰ ਕਰਨਾ। ਜਿਸ ਤਰ੍ਹਾਂ ਸਰਦਾਰ ਸੱਜਣ ਸਿੰਘ ਟੀਮਾਂ ਰਾਜਨੀਤਿਕ ਤੌਰ 'ਤੇ ਵੀ ਇਸ ਇਲਾਕੇ ਦੀ ਸੇਵਾ ਕਰ ਰਹੇ ਹਨ, ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਵੱਧ ਤੋਂ ਵੱਧ ਬਲ ਬਖਸ਼ਿਸ਼ ਕਰਨ। ਅਤੇ ਇਸ ਨਗਰ ਦਾ ਨਾਮ ਵੀ ਇਹਨਾਂ ਨੇ ਬਹੁਤ ਉੱਚਾ ਕੀਤਾ, ਕਿਉਂਕਿ ਇਹਨਾਂ ਦੇ ਪਰਿਵਾਰ ਵਿੱਚੋਂ ਬੇਅੰਤ ਇਸ ਖੇਡ ਦੇ ਖਿਡਾਰੀ ਹਨ, ਜੋ ਵੱਖ ਵੱਖ ਸਰਕਾਰੀ ਅਹੁਦਿਆਂ 'ਤੇ ਪਹੁੰਚੇ ਹਨ, ਅਤੇ ਜੋ ਬੱਚੇ ਬੱਚੀਆਂ ਵੀ ਖੇਡ ਰਹੇ ਹਨ, ਇਹ ਵੀ ਸਰਕਾਰੀ ਅਹੁਦਿਆਂ 'ਤੇ ਪਹੁੰਚੇ ਹੋਏ ਹਨ, ਕਿਉਂਕਿ ਇਹ ਬਹੁਤ ਸ਼ਲਾਘਾਯੋਗ ਖੇਡ ਹੈ। ਇਸ ਵਿੱਚ ਬੱਚੇ ਬੱਚੀਆਂ ਦਾ ਜ਼ੋਰ ਵੀ ਪੂਰਾ ਲੱਗਦਾ ਹੈ। ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਸਰਦਾਰ ਸੱਜਣ ਸਿੰਘ ਟੀਮਾਂ, ਉਹਨਾਂ ਦਾ ਸਮੂਹ ਪਰਿਵਾਰ ਅਤੇ ਸਹਿਯੋਗੀਆਂ ਦੇ, ਤਾਂ ਕਿ ਐਸੇ ਮਹਾਨ ਉੱਦਮ ਕਰਨ ਦਾ ਸਤਿਗੁਰੂ ਜੀ ਇਹਨਾਂ ਨੂੰ ਬਲ ਉੱਦਮ ਸਦਾ ਹੀ ਬਖਸ਼ਦੇ ਰਹਿਣ, ਅਤੇ ਨਾਲ ਰਾਜਨੀਤਿਕ ਤੌਰ 'ਤੇ ਵੀ ਇਸ ਇਲਾਕੇ ਦੀ ਅਤੇ ਦੇਸ਼ ਦੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ। ਅਤੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਟੂਰਨਾਮੈਂਟ ਦੀਆਂ ਜੋ ਸ਼ੁਰੂਆਤ ਹੋਈ ਹੈ, ਬਹੁਤ ਬਹੁਤ ਵਧਾਈਆਂ। ਅਤੇ ਜੋ ਵੀ ਖਿਡਾਰੀ, ਦਰਸ਼ਕ ਅਤੇ ਇਲਾਕੇ ਦੇ ਪਤਵੰਤੇ ਪਹੁੰਚੇ ਹਨ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਲੀਡਰ ਸਿੰਘ ਜੀ ਜਿਹੜੇ ਨੇ, ਉਹ ਵੀ ਇੱਥੇ ਆਸ਼ੀਰਵਾਦ ਦੇਣ ਆ ਰਹੇ ਨੇ। ਮੇਰੇ ਵੱਡੇ ਬ੍ਰਦਰ, ਮੇਰੇ ਜਿਨ੍ਹਾਂ ਨੇ ਜ਼ਿੰਦਗੀ 'ਚ ਗਾਈਡ ਕੀਤਾ ਮੈਨੂੰ, ਅਤੇ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਟੂਰਨਾਮੈਂਟ ਦੀ, ਅਤੇ ਬਹੁਤ ਹੀ ਚੰਗਾ ਲੱਗ ਰਿਹਾ। ਔਰ ਖਾਸ ਕਰਕੇ ਉਦੋਂ ਚੰਗਾ ਲੱਗਦਾ ਜਦੋਂ ਸਾਰੇ ਪਲੇਅਰਸ ਔਰ ਔਫੀਸ਼ਲ ਜਿਹੜੇ ਨੇ
ਉਹ ਤਾਰੀਫ ਕਰਦੇ ਆ ਟੂਰਨਾਮੈਂਟ ਦੀ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਟੂਰਨਾਮੈਂਟ ਹੈ। ਸੋ ਸੰਗਤ ਦੀ ਵੀ ਮੇਰੇ ਖਿਆਲ 'ਚ ਹਾਜ਼ਰੀ ਬਹੁਤ ਵੱਡੀ ਗਿਣਤੀ 'ਚ ਹੋਊਗੀ। ਸ਼ਾਮ ਤੱਕ ਜਿਹੜਾ ਪੂਰਾ ਸਟੇਡੀਅਮ ਫੁੱਲ ਹੋ ਜਾਊਗਾ ਅਤੇ ਅਰੇਂਜਮੈਂਟ ਤੋਂ ਮੈਂ ਸੈਟਿਸਫਾਈ ਹਾਂ। ਬਹੁਤ ਸੋਹਣਾ ਅਰੇਂਜਮੈਂਟ ਹੈ। ਗਰਾਊਂਡ ਤੁਸੀਂ ਦੇਖ ਸਕਦੇ ਹੋ, ਗਰਾਊਂਡ ਜਿਹੜੀ ਹੈ ਇੱਥੇ ਇੰਟਰਨੈਸ਼ਨਲ ਲੈਵਲ ਦੇ ਮੈਚ ਕਰਵਾਏ ਜਾ ਸਕਦੇ ਆ, ਕਿਉਂਕਿ ਇੱਕ ਆਪਣਾ ਜਿਸ ਤਰ੍ਹਾਂ ਦੇ ਇਹਦੇ 'ਚ ਪਲੇਅਰ ਨੂੰ ਸੱਟ ਨਹੀਂ ਲੱਗਦੀ, ਰਬੜ ਦੀ ਗਰਾਊਂਡ ਹੈ, ਸੱਟ ਨਹੀਂ ਲੱਗਦੀ ਔਰ ਬਹੁਤ ਵਧੀਆ ਤਰੀਕੇ ਨਾਲ ਖੇਡ ਸਕਦੇ। ਦੇਖੋ ਆਉਣ ਵਾਲੇ ਦਿਨਾਂ ਲੀਗ ਕੰਮ ਨਾਕਆਊਟ, 3 ਦਿਨ ਜਿਹੜੀ ਉਹ ਲੀਗ ਚੱਲਣੀ ਹੈ ਔਰ ਨਾਕਆਊਟ ਦੇ ਵਿੱਚ ਪਹਿਲੇ ਦਿਨ ਸੈਮੀਫਾਈਨਲ ਅਤੇ ਫਾਈਨਲ ਇਹ ਮੁਕਾਬਲੇ ਇਸ ਤਰ੍ਹਾਂ ਹੋਣਗੇ। 3rd ਪਲੇਸ ਲਈ ਫਾਈਨਲ ਵਾਲੇ ਦਿਨ ਹੋਣਗੇ ਮੁਕਾਬਲੇ। ਸੋ ਲੀਗ ਕੰਮ ਨਾਕਆਊਟ ਦੇ ਆਧਾਰ 'ਤੇ ਕੀਤੇ ਜਾ ਰਹੇ ਆ। ਦੇਖੋ ਆਉਣਾ ਤਾਂ ਹਰ ਰੋਜ਼ ਮੰਤਰੀ ਸਾਹਿਬਾਨ ਨੇ ਆਉਣਾ ਸੀਗਾ। ਅੱਜ ਜਿਹੜਾ ਉਦਘਾਟਨ ਸੀਗਾ ਉਹ ਮੀਤ ਹੇਰ ਜੀ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਨੇ ਉਹਨਾਂ ਨੇ ਕਰਨਾ ਸੀਗਾ, ਪਰ ਕੈਬਨਿਟ ਦੀ ਜਿਹੜੀ ਚੱਲ ਰਿਹਾ ਸੈਸ਼ਨ ਚੱਲ ਰਿਹਾ, ਬਜਟ ਸੈਸ਼ਨ ਜਿਹੜਾ ਉਹਦੇ ਵਿੱਚ ਫਿਰ ਉਹਨਾਂ ਦੀ ਮਜਬੂਰੀ ਬਣ ਗਈ, ਉਹ ਨਹੀਂ ਆ ਰਹੇ। ਇਸੇ ਤਰ੍ਹਾਂ ਕੱਲ੍ਹ ਨੂੰ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਉਹਨਾਂ ਨੇ ਆਉਣਾ ਸੀਗਾ, ਧਾਰੀਵਾਲ ਸਾਹਿਬ ਔਰ ਸੰਤ ਸੀਚੇਵਾਲ ਤਾਂ ਆਉਣਗੇ, ਬਾਬਾ ਜੀ ਤਾਂ ਆਉਣਗੇ। ਸੋ ਮੰਤਰੀਆਂ ਨੇ ਇੱਥੇ ਹਾਜ਼ਰੀ ਲਵਾਉਣੀ ਸੀਗੀ ਅਤੇ ਪਰ ਉਹ ਸੈਸ਼ਨ ਕਰਕੇ ਜਿਹੜਾ ਉਹ ਸਾਰਾ ਕੁਛ ਮੇਰੇ ਖਿਆਲ ਦੇ ਵਿੱਚ ਹੁਣ ਉਹਨਾਂ ਦਾ ਆਉਣਾ ਪੋਸੀਬਲ ਨਹੀਂ। ਜੇ ਆਏ ਵੀ ਤਾਂ ਬਹੁਤ ਲੇਟ ਆਉਣਗੇ, ਤਕਰੀਬਨ 7-8-9 ਵਜੇ ਤੱਕ ਇੱਥੇ ਪਹੁੰਚਣਗੇ। ਦਰਸ਼ਕਾਂ ਨੂੰ ਬਸ ਇਹ ਹੈ ਕਿ ਮੈਂ ਪਹਿਲਾਂ ਵੀ ਜਿਹੜਾ ਕਹਿੰਦਾ ਹੁੰਦਾ ਕਿ ਜੋ ਬੱਚਿਆਂ ਨੂੰ ਦਿਖਾਵਾਂਗੇ ਉਹ ਬੱਚੇ ਉਹਨੂੰ ਫੋਲੋ ਕਰਨਗੇ। ਸੋ ਅੱਜ ਲੋੜ ਹੈ, ਪੰਜਾਬ ਨੂੰ ਲੋੜ ਹੈ ਅਤੇ ਮੈਂ ਦਰਸ਼ਕਾਂ ਨੂੰ ਇਹ ਕਹੂੰਗਾ ਆਪਣੇ ਬੱਚਿਆਂ ਨੂੰ ਖਾਸ ਤੌਰ 'ਤੇ ਲਿਆ ਕੇ ਇਹੋ ਜਿਹਾ ਮੁਕਾਬਲੇ ਦਿਖਾਇਆ ਕਰੋ ਔਰ ਉਹਨਾਂ ਨੂੰ ਇੱਕ ਇਹੋ ਜਿਹਾ ਨਸ਼ਾ ਲਾਓ ਤਾਂ ਕਿ ਉਹ ਦੂਜਿਆਂ ਨਸ਼ਿਆਂ ਤੋਂ ਵੱਲ ਧਿਆਨ ਹੀ ਨਾ ਕਰਨ ਕਰੇ।